ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਅਜੋਕੇ ਸਮਾਜ ਵਿੱਚ ਅੱਜ ਵੀ ਦਾਜ ਦੇ ਲਾਲਚੀ ਸਹੁਰੇ ਪਰਿਵਾਰਾਂ ਵੱਲੋਂ ਆਪਣੀਆਂ ਨੂੰਹਾਂ 'ਤੇ ਕਈ ਤਰ੍ਹਾਂ ਦੇ ਕਹਿਰ ਕੀਤੇ ਜਾ ਰਹੇ ਹਨ, ਜਿਸ ਕਾਰਨ ਕਈ ਕੁੜੀਆਂ ਦੇ ਘਰ ਵਸਣ ਤੋਂ ਪਹਿਲਾਂ ਹੀ ਉੱਜੜ ਰਹੇ ਹਨ। ਅਜਿਹੀ ਇੱਕ ਹੋਰ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਸਾਹਮਣੇ ਆਈ ਹੈ, ਜਿੱਥੇ ਇੱਕ ਨੂੰਹ ਨੂੰ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੇ ਆਪਣੇ ਹੀ ਘਰ ਵਿੱਚ ਬੰਧਕ ਬਣਾ ਲਿਆ ਅਤੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਆਪ ਫਰਾਰ ਹੋ ਗਏ। ਸਿੰਘ ਨੇ ਮੈਨੂੰ ਵਰਗ ਲਾ ਕੇ ਲੈ ਕੇ ਗਏ ਸੀ ਅਗਵਾਹ ਕਰਕੇ, ਅਤੇ ਉਹਨਾਂ ਨੇ 300 ਗ੍ਰਾਮ ਸੋਨਾ ਅਤੇ 6 ਲੱਖ ਰੁਪਇਆ ਵੀ ਲੈ ਕੇ ਗਏ ਸੀ, ਅਤੇ ਉਹਦੀ ਗਵਾਹੀ ਉਹਦੀ ਮੁੱਖ ਗਵਾਹ ਮੈਂ ਹਾਂ। ਅਤੇ ਪ੍ਰਤਾਪ ਸਿੰਘ ਅਤੇ ਮੇਰੇ ਸਹੁਰੇ ਪਰਿਵਾਰ ਇਹ ਚਾਹੁੰਦੇ ਨੇ ਕਿ ਮੇਰੀ ਗਵਾਹੀ ਮੇਰੇ ਮਰਨ ਤੋਂ ਬਾਅਦ ਨਾਲ ਹੀ ਖਤਮ ਹੋ ਜਾਵੇ। ਮੇਰੇ ਸਹੁਰੇ ਪਰਿਵਾਰ ਮੇਰੇ ਪਾਪਾ ਕੋਲ ਦਾਜ ਮੰਗ ਹੋਰ ਦਾਜ ਮੰਗਦੇ ਸੀ। ਕੀ ਨਾਮ ਹੈ ਸਹੁਰੇ ਦਾ ਤੇ ਆਪਣੇ ਤੁਹਾਡੇ ਹਸਬੰਡ ਦਾ? ਮੇਰੇ ਫਾਦਰ ਨੇ ਲੋ ਦਾ ਨੇਮ ਅਮਰਜੀਤ ਸਿੰਘ ਹੈ ਅਤੇ ਮੇਰੇ ਹਸਬੰਡ ਦਾ ਨੇਮ ਇੰਦਰਜੀਤ ਸਿੰਘ ਹੈ। ਅਤੇ ਉਹਨਾਂ ਨੇ ਪ੍ਰਤਾਪ ਸਿੰਘ ਨਾਲ ਰਲ ਕੇ ਕਿ ਮੇਰੇ ਪਾਪਾ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਕਹਿੰਦੇ ਆ ਮੇਰੇ ਸਹੁਰੇ ਪਰਿਵਾਰ ਕਿ ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ, ਮੇਰੇ ਮੰਮਾ ਨੇ ਚੂੜੀਆਂ ਨਹੀਂ ਪਾਈਆਂ ਅਤੇ ਹੋਰ ਕਈ ਚੀਜ਼ਾਂ ਮੰਗਦੇ ਆ। ਬਟ ਮੇਰੇ ਪਾਪਾ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਦਹੇਜ ਦੇ ਚੁੱਕੇ ਆ, ਅਤੇ ਮੈਂ ਚਾਹੁੰਦੀ ਹਾਂ ਕਿ ਪ੍ਰਤਾਪ ਸਿੰਘ ਅਤੇ ਮੇਰੇ ਸਹੁਰੇ ਪਰਿਵਾਰ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਅਤੇ ਜੋ ਮੇਰੇ ਸਹੁਰੇ ਪਰਿਵਾਰ ਆ ਉਹਨਾਂ ਨੇ ਮੈਨੂੰ ਬੰਦੀ ਬਣਾ ਕੇ ਛੱਡ ਕੇ ਚਲੇ ਸੀ ਅਤੇ ਮੈਨੂੰ ਆਪਣੀ ਲੋਬੀ 'ਚ ਬੰਦ ਕਰਕੇ ਲੋਕ ਕਰਕੇ ਚਲੀ ਗਈ ਸੀ, ਅਤੇ ਮੇਰੇ ਮੰਮਾ ਨੇ ਪੁਲਿਸ ਦੇ ਨਾਲ ਮਿਲ ਕੇ ਮੈਨੂੰ ਬਾਹਰ ਕਢਵਾਇਆ। ਅਤੇ ਉਹਨਾਂ ਨੇ 10ਵੇਂ ਮਹੀਨੇ 2018 ਜਦੋਂ ਮੈਂ ਪ੍ਰੈਗਨੈਂਟ ਸੀ ਤਾਂ ਉਹਨਾਂ ਨੇ ਮੈਨੂੰ ਮਾਰ ਕੁੱਟ ਕਰਕੇ ਮੇਰੀ ਪੇਟ 'ਚ ਲੱਤਾਂ ਮਾਰ ਕੇ ਮੈਨੂੰ ਮਿਸਕੈਰੇਜ ਕਰਾਤੀ ਸੀ, ਅਤੇ ਉਹ ਵੀ ਕੇਸ ਤਰਨ ਤਾਰਨ ਵਿਖੇ ਦਰਜ ਹੈ। ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ। ਜੇ ਬੱਚੀ ਮੇਰੀ ਦਾ ਘਰ ਬਰਬਾਦ ਹੋਇਆ, ਉਹਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕੀਤੀ ਹੈ, ਜਾਂ ਉਹਦਾ ਜਿਹੜਾ ਗਰਭ ਉਹਦਾ ਗਰਭ ਦੇ ਵਿੱਚੋਂ ਬੱਚਾ ਮਾਰਿਆ ਗਿਆ ਹੈ, ਅੱਜ ਉਹਦਾ ਮੁੱਖ ਦੋਸ਼ੀ ਪ੍ਰਤਾਪ ਦਾ ਪਰਿਵਾਰ ਹੈ, ਕਿਉਂਕਿ ਇਹ ਦੋਵੇਂ ਪਰਿਵਾਰ ਮਿਲੇ ਹੋਏ ਨੇ। ਇਹ ਦੋਵੇਂ ਪਰਿਵਾਰਾਂ ਨੂੰ ਬਣਦੀ ਸਜ਼ਾ ਅਸੀਂ ਜ਼ਰੂਰ ਕਰਾਵਾਂਗੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।